ਅਤੇ ਨਾ ਡੋਗ ਕੋਇਨ ਦਾ ਆ ਗਿਆ ਜੇ ਵਿਡਰਾਵਲ ਹੈ, ਅਤੇ ਜਿਹੜਾ ਜਿਹੜਾ ਬਾਈਆਂ ਡੋਗ ਕੋਇਨ ਨਾਲ ਕੀਤੀ ਆ ਨਾ ਕੁਨੈਕਟ, ਮਤਲਬ ਕਿ ਜੋ ਮਾਈਨਿੰਗ ਕਰਦੇ ਰਹਿਣ ਉਹ ਜਾ ਕੇ ਆਪਣਾ ਵਿਡਰਾਅ ਕਰ ਲਵਨ, ਅਤੇ ਕਰਨਾ ਇੰਜ ਡਿਪੋਜ਼ਿਟ ਟੂ ਐਕਸਚੇਂਜ 'ਤੇ ਕਲਿੱਕ ਕਰਨਾ, ਅੱਗੇ ਐਕਸਚੇਂਜ ਆ ਗਿਆ ਜਾਂ ਵਾਲਟ ਇਨ ਟੈਲੀਗ੍ਰਾਮ, ਅਤੇ ਇਹ ਵਾਲਟ ਇਨ ਟੈਲੀਗ੍ਰਾਮ 'ਤੇ ਕਰੋ ਦੇਣਾ, ਅਤੇ ਉਹਦੇ ਕੋਲੋਂ ਦਾਨਾਂ ਨਾਲ ਗੈਸ ਫੀਸ ਮੰਗਣ ਦੇ, ਅਤੇ ਐਕਸਚੇਂਜ 'ਤੇ ਕਰੋ ਦੇ ਅਤੇ ਉਹ ਫਰੀ ਕੰਮ ਹੈ, ਅਤੇ ਅੱਗੋਂ ਬਾਈਬਿਟ 'ਤੇ ਕਰਕੇ ਨਾ ਅਤੇ ਸੈਂਡਰ ਕਰ ਦੇਣਾ, ਅਤੇ ਇੱਥੇ ਮੰਗ ਰਹੇ ਜੀ ਬਾਈਬਿਟ ਦੀ ਯੂ ਆਈ ਡੀ, ਅਤੇ ਉਸ ਤੋਂ ਬਾਅਦ ਵਿਡਰਾ ਡਿਪੋਜ਼ਿਟ ਐਡਰੈਸ ਅਤੇ ਮੀਮੋ ਕੋਡ, ਇਹ ਕੋਡ ਅਸਾਂ ਲੈ ਕੇ ਆਉਣੇ, ਮੈਂ ਤੁਹਾਨੂੰ ਵਿਖਾ ਦਿੰਦਾ, ਅਤੇ ਜਿਹੜਾ ਜਿਹੜਾ ਪਾਈਆਂ ਕਰ ਲਏ ਆ ਉਹ ਸਾਰੇ ਆਪਣੇ ਜਾ ਕੱਢ ਲਵਨ ਇੱਕ ਵਾਰੀ, ਇਹ ਯੂ ਆਈ ਡੀ ਹੈ, ਇਹ ਮੈਂ ਕਾਪੀ ਕਰ ਲਈ ਇੱਥੋਂ ਹੀ, ਇਹ ਪੇਸਟ ਕਰ ਦਿੱਤੀ, ਇੱਥੋਂ ਉਸ ਤੋਂ ਬਾਅਦ ਇੱਥੇ ਡਿਪੋਜ਼ਿਟ ਵੀ ਆ, ਕ੍ਰਿਪਟੋ ਸਰਵਿਸ ਥੋੜ੍ਹੀ ਹੈ, ਉਸ ਤੋਂ ਬਾਅਦ ਇੱਥੇ ਸਰਚ ਕਰਦੇ ਹਾਂ ਡੋਗਸ, ਇੰਟਰਨੈਟ ਦੀ ਸਰਵਿਸ ਜੋ ਹੈ ਨਾ ਉਹ ਬਹੁਤ ਸਲੋ ਹੋ ਗਈ ਹੈ, ਇੱਥੇ ਕਰਨਾ ਡੋਗਸ, ਇਹ ਆ ਗਿਆ ਡੋਗ ਸਟੋਨ, ਉਸ ਤੋਂ ਬਾਅਦ ਤੁਸੀਂ ਇਹ ਵੇਖ ਰਹੇ ਹੋ ਜੀ, ਇਹ ਇਹਦਾ ਇਹ ਐਡਰੈਸ ਇਹ ਲਾ, ਇਹ ਮੈਂ ਕਰ ਲਿਆ ਕਾਪੀ, ਅਤੇ ਇਹ ਕਿੰਨਾ ਇੱਥੇ ਪੇਸਟ, ਅਤੇ ਉਸ ਤੋਂ ਬਾਅਦ ਜੇ ਮੈਮੋ ਕੋਡ ਹੈ ਨਾ ਉਹ ਜੇ ਇਹ ਲਾ, ਇਹ ਮੈਮੋ ਕੋਡ, ਇਹ ਵੀ ਜਿਹੜਾ ਨਾ ਕਾਪੀ ਕਰਕੇ ਇੰਝ ਉੱਥੇ ਪੇਸਟ ਕਰਨਾ, ਅਤੇ ਇਹ ਸਾਡੀ ਹਰ ਚੀਜ਼ ਹੋ ਗਈ ਰੈਡੀ, ਇੰਝ ਅਤੇ ਸੈਂਡ, ਅਤੇ ਆਈ ਐਮ ਕਨਫਰਮ, ਅਤੇ ਨਾਲ ਹੀ ਵਿਡਰਾਵਲ ਲੱਗ ਜਾਏ ਤਾਂ ਆਪਣਾ ਜਾ ਕੇ ਚੈੱਕ ਕਰ ਸਕਦੇ ਹੋ, ਵਿਡਰਾਵਲ ਲੱਗ ਗਿਆ, ਇਹ ਹੁੰਦਾ 20 ਅਗਸਤ ਨੂੰ ਤੁਹਾਡੇ ਉਸ ਹੀ ਅਕਾਊਂਟ ਵਿੱਚ ਜਿਹੜਾ ਨਾ ਵਿਡਰਾਵਲ ਅੱਪੜ ਜਾਂਦਾ, ਉੱਤੋਂ ਤੁਸੀਂ ਐਕਸਚੇਂਜ ਕਰਿਆ ਯੂ ਐੱਸ ਡੀ ਟੀ 'ਤੇ, ਅਤੇ ਯੂ ਐੱਸ ਡੀ ਟੀ 'ਤੇ ਕਰਕੇ ਅਤੇ ਆਪਣਾ ਕਾਰਡ ਲਗਾਈ ਦੀ ਪੈਸਾ ਜੈਸ ਕੈਸ਼ 'ਚ, ਅਤੇ ਸਾਰੇ ਭਾਈ ਫੋਲੋ ਕਰ ਲਓ ਲਾਈਕ।